ਯੂਨਾਈਟਿਡ ਫੀਲਡ ਹਾਕੀ ਕਲੱਬ ਕੈਲਗਰੀ ਵੱਲੋਂ ਜੈਨਸਿਸ ਸੈਂਟਰ ਵਿੱਚ ਤਿੰਨ ਰੋਜ਼ਾ 6ਵਾਂ ਫੀਲਡ ਹਾਕੀ ਟੂਰਨਾਮੈਂਟ ਅਲਬਰਟਾ ਕੱਪ 2022 ਕਰਵਾਇਆ ਗਿਆ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਮਨਦੀਪ ਚੱਲੀ ਨੇ ਪ੍ਰਾਈਮੇਸ਼ੀਆ ਟੀਵੀ ਨਾਲ ਗੱਲ ਕਰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਅਮਰੀਕਾ ਟੋਰਾਂਟੋ ਵਿਨੀਪੈਗ ਐਪਸਪੋਰਟ ਸਰੀ ਐਡਮਿੰਟਨ ਤੇ ਕੈਲਗਰੀ ਤੋਂ ਕੁੱਲ 20 ਟੀਮਾਂ ਨੇ ਸ਼ਿਰਕਤ ਕੀਤੀ ਇਸ ਟੂਰਨਾਮੈਂਟ ਵਿੱਚ ਅੰਡਰ 14 ਵਿੱਚ ਯੂਨਾਈਟਿਡ ਐਫ ਐਸ ਸੀ ਪਹਿਲੇ ਤੇ ਸਾਰਸੈਂਜ਼ ਐਫ ਐਚ ਸੀ ਦੂਜੇ ਸਥਾਨ ਤੇ ਰਹੀ ਅੰਡਰ 18 ਫਾਈਨਲ ਵਿੱਚ ਐਡਮਿੰਟਨ ਨੇ ਯੂਨਾਈਟਿਡ ਐਫ ਐਚ ਸੀ ਨੂੰ ਹਰਾਇਆ ਅਲਬਰਟਾ ਕੱਪ 2022 ਦਾ ਸੀਨੀਅਰ ਟੀਮਾਂ ਦਾ ਫਾਈਨਲ ਮੁਕਾਬਲਾ ਐਡਮਿੰਟਨ ਤੇ ਬ੍ਰੈਂਪਟਨ ਵਿਚਕਾਰ ਹੋਇਆ ਜਿਸ ਵਿੱਚ ਤੈ ਸਮੇਂ ਵਿੱਚ ਦੋ ਦੋ ਨਾਲ ਬਰਾਬਰ ਰਹੀਆਂ ਪੈਨਲਟੀ ਸ਼ਟੋਕਾਂ ਵਿੱਚ ਇੱਕ ਗੋਲ ਦੇ ਫਰਕ ਨਾਲ ਐਡਮਿੰਟਨ ਜੇਤੂ ਰਹੀ ਟੂਰਨਾਮੈਂਟ ਦਾ ਬੈਸਟ ਪਲੇਅਰ ਐਡਮਿੰਟਨ ਦੇ ਤਲਵਿੰਦਰ ਸਿੰਘ ਨੂੰ ਚੁਣਿਆ ਗਿਆ ਹਾਕੀ ਦੇ ਮੁਕਾਬਲਿਆਂ ਤੋਂ ਇਲਾਵਾ ਤਾਸ਼ ਸੀਪ ਅਤੇ ਰਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ ਸੀਪ ਵਿੱਚ ਸਰਵਿੰਦਰ ਸੂਰੀ ਟੀਮ ਪਹਿਲੇ ਤੇ ਮਨਜੀਤ ਸਿੰਘ ਦੀ ਟੀਮ ਦੂਜੇ ਸਥਾਨ ਤੇ ਰਸਾਕਸ਼ੀ ਦੇ ਫਾਈਨਲ ਵਿੱਚ ਗੈਰੀ ਫਿਟਨੈਸ ਕਲੱਬ ਨੇ ਮੋਗੇ ਦੀ ਟੀਮ ਨੂੰ ਚਿਤ ਕੀਤਾ ਸੋ ਇਹਦੇ ਵਿੱਚ ਜੀ U14 U10 U18 ਤੇ ਸੀਨੀਅਰ ਵਰਗ ਦੇ ਵਿੱਚ ਮਿਲਾ ਕੇ ਆਪਣੇ ਕੋਲ ਟੋਟਲ 20 ਟੀਮਾਂ ਸਿਗੀਆਂ ਇਹਦੇ ਨਾਲ ਨਾਲ ਇਸ ਵਾਰ ਅਸੀਂ ਇੱਕ ਹੋਰ ਚੀਜ਼ ਦੋ ਚੀਜ਼ ਐਕਸਟਰਾ ਕੀਤੀਆਂ ਤਾਂ ਸ਼ੀਪ ਦੇ ਮੁਕਾਬਲੇ ਵੀ ਸੀ ਤੇ ਇਹਦੇ ਨਾਲ ਰਸਾ ਕਸ਼ਰੀ ਦੇ ਮੁਕਾਬਲੇ ਵੀ ਸੀਗੇ ਰਸਾ ਕਸ਼ਰੀ ਵਿੱਚ ਸਾਡੇ ਕੋਲ ਚਾਰ ਟੀਮਾਂ ਸਿਗੀਆਂ ਤੇ ਤਾਂ ਸ਼ੀਪ ਦੇ ਘੱਟੋ ਘਾਟ ਅੱਠ ਟੀਮਾਂ ਸਿਗੀਆਂ ਸੋ ਜੋ ਫਾਈਨਲ ਮੁਕਾਬਲੇ ਹੋਏ ਆ ਉਹ U14 ਦੇ ਵਿੱਚ ਯੂਨਾਈਟਿਡ ਤੇ ਸਰਸੰਦਾ ਹੋਇਆ 18 ਦੇ ਵਿੱਚ ਐਡਮੈਂਟਨ ਤੇ ਯੂਨਾਈਟਿਡ ਦਾ ਤੇ ਫਾਈਨਲ ਜਿਹੜਾ ਸੀਨੀਅਰ ਮੁਕਾਬਲਾ ਸੀਗਾ ਸਾਡਾ ਉਹ ਮੁਕਾਬਲਾ ਐਡਮੈਂਟਨ ਵਰਸ ਬ੍ਰਮਟਨ ਦੀਆਂ ਟੀਮਾਂ ਜੋ ਵਿਚਕਾਰ ਹੋਇਆ ਸੋ ਇਸ ਵਾਰ ਬਹੁਤ ਵਧੀਆ ਸੀ ਮਤਲਬ ਦਰਸ਼ਕਾਂ ਦਾ ਪਾਰਾ ਸਾਨੂੰ ਸਹਿਯੋਗ ਮਿਲਿਆ ਤੇ ਹਰ ਇੱਕ ਸਾਲ ਦੀ ਤਰ੍ਹਾਂ ਹੀ ਸਾਡਾ ਸ਼ੇਮਸ ਟੂਰਨਾਮੈਂਟ ਸੀਗਾ ਯੂਨਾਈਟਿਡ ਫੀਲਡ ਹਾਕੀ ਕਲੱਬ ਕੈਲਗਰੀ ਵੱਲੋਂ ਜੋ ਅਲਵਾਟਾ ਕੱਪ 2022 ਦੇ ਨਾਂ ਤੇ ਕਰਾਇਆ ਗਿਆ ਵਾ ਤੇ ਇੰਨੇ ਯਾਨੀ ਕਿ ਸਾਰੇ ਟੂਰਨਾਮੈਂਟ ਦੇ ਵਿੱਚ ਜਿਹੜੇ ਪ੍ਰਧਾਨ ਜਯਾਦਵਿੰਦਰ ਤੇ ਕਿਰਪਾਲ ਸਿੱਧੂ ਦੇ ਨਾਲ ਨਾਲ ਸਾਰੀ ਟੀਮ ਨੇ ਬਹੁਤ ਸਹਿਯੋਗ ਦਿੱਤਾ ਤੇ ਸਾਰੇ ਕੈਲਗਰੀ ਵਾਸੀਆਂ ਨੇ ਵੀ ਸਾਨੂੰ ਬਹੁਤ ਸਹਿਯੋਗ ਦਿੱਤਾ